ਪੰਜਾਬੀ ਸਾਹਿਤ ਨਾਲ, ਪੰਜਾਬੀ ਅਦਬ ਨਾਲ ਅਤੇ ਪੰਜਾਬੀ ਸੱਭਿਆਚਾਰ ਨਾਲ ਮੁਹੱਬਤ ਕਰਨ ਵਾਲੇ ਮੇਰੇ ਬਹੁਤ ਹੀ ਪਿਆਰੇ ਅਤੇ ਸਤਿਕਾਰਯੋਗ ਦੋਸਤੋ, ਤੁਹਾਡੇ ਆਪਣੇ ਹੀ ਚੈਨਲ ਦਸਤਾਵੇਜ਼ 'ਤੇ ਤੁਹਾਡਾ ਹਾਰਦਿਕ ਸਵਾਗਤ। ਦੋਸਤੋ, ਅੱਜ ਬੁੱਧਵਾਰ ਹੈ ਅਤੇ ਇਸ ਦਿਨ ਅਸੀਂ ਪੰਜਾਬੀ ਸਾਹਿਤ ਦੀ ਕਿਸੇ ਨਵੀਂ ਛਪੀ ਪੁਸਤਕ ਬਾਰੇ ਵਿਸ਼ੇਸ਼ ਚਰਚਾ ਕਰਦੇ ਹਾਂ। ਇਸ ਲੜੀ ਦੀ ਨਿਰੰਤਰਤਾ 'ਚ ਅੱਜ ਅਸੀਂ ਸਾਡੀ ਪ੍ਰਬੁੱਧ ਕਥਾਕਾਰਾ, ਨਾਵਲਕਾਰਾ ਜੋਗਿੰਦਰ ਕੌਰ ਅਗਨੀਹੋਤਰੀ ਦੇ ਨਵੇਂ ਨਾਵਲ ਨਿੰਮ ਵਾਲਾ ਬਾਰ ਬਾਰੇ ਕੁਝ ਗੱਲਾਂ ਕਰਾਂਗੇ। ਦੋਸਤੋ, ਜੋਗਿੰਦਰ ਕੌਰ ਅਗਨੀਹੋਤਰੀ ਪੰਜਾਬੀ ਗਲਪ ਦੇ ਖੇਤਰ 'ਚ ਪਿਛਲੇ 3-4 ਦਹਾਕਿਆਂ ਤੋਂ ਨਿਰੰਤਰ ਆਪਣਾ ਮੁੱਲਵਾਨ ਯੋਗਦਾਨ ਪਾ ਰਹੀ ਹੈ। ਉਸ ਦੇ ਹੁਣ ਤੱਕ 2 ਦਰਜਨ ਤੋਂ ਉੱਪਰ ਨਾਵਲ ਅਤੇ ਕਥਾ ਸੰਗ੍ਰਹਿ ਛਪ ਚੁੱਕੇ ਨੇ। ਉਸ ਦਾ ਹਥਲਾ ਨਾਵਲ ਨਿੰਮ ਵਾਲਾ ਬਾਰ ਵਾਹੀ ਯੋਗ ਜ਼ਮੀਨ ਦੇ ਦੁਆਲੇ ਘੁੰਮਦੇ ਪੇਂਡੂ ਅਰਥਚਾਰੇ ਅਤੇ ਸਮਾਜਿਕ ਰਿਸ਼ਤਿਆਂ ਨੂੰ ਆਪਣੇ ਵਿਸ਼ਲੇਸ਼ਣੀ ਬੋਧ ਦਾ ਹਿੱਸਾ ਬਣਾਉਂਦਿਆਂ ਇਸ ਸਿੱਟੇ ਦੀ ਨਿਸ਼ਾਨਦੇਹੀ ਕਰਦਾ ਹੈ ਕਿ ਘੱਟ ਜ਼ਮੀਨ ਦੀ ਮਾਲਕੀ ਵਾਲੇ ਜੱਟ ਕਿਸਾਨਾਂ ਨੂੰ ਆਪਣੀ ਨਿਉਂ ਜੜ ਲਾਉਣ ਜਾਂ ਜੱਗ 'ਚ ਆਪਣਾ ਸੀਰ ਪਾਉਣ ਦੇ ਸੰਬੰਧ 'ਚ ਵੱਡੇ ਸਮਾਜਿਕ ਅਤੇ ਮਾਨਸਿਕ ਸੰਕਟਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਹਥਲਾ ਨਾਵਲ ਇਸ ਗਹਿਰੀ ਅਤੇ ਪੇਚੀਦਾ ਵਿਖਾਈ ਦੇਣ ਵਾਲੀ ਸਮੱਸਿਆ ਨੂੰ ਯਥਾਰਥਕ ਧਰਾਤਲ 'ਤੇ ਰੂਪਮਾਨ ਹੋਇਆ ਵੀ ਵਿਖਾਉਂਦਾ ਹੈ ਅਤੇ ਇਸ ਸਮੱਸਿਆ ਦੇ ਸੰਭਾਵਿਤ ਅਤੇ ਵਿਵਹਾਰਕ ਹੱਲ ਬਾਰੇ ਵੀ ਸੰਕੇਤਕ ਚਰਚਾ ਕਰਦਾ ਹੈ। ਉਸ ਵੱਲੋਂ ਅਜਿਹਾ ਕੀਤੇ ਜਾਣ 'ਤੇ ਸਮਾਜ ਦੀਆਂ ਬਹੁਤ ਸਾਰੀਆਂ ਵਿਹਲਾ ਵਿਹਾ ਚੁੱਕੀਆਂ ਸੰਸਕਾਰੀ ਮਾਨਤਾਵਾਂ ਟੁੱਟਦੀਆਂ ਨੇ ਅਤੇ ਮਨੁੱਖੀ ਜੀਵਨ ਤੌਰ ਨੂੰ ਅੱਗੇ ਲੈ ਕੇ ਜਾਣ ਵਾਲੀਆਂ ਨਵੀਆਂ ਮਾਨਤਾਵਾਂ ਜਨਮ ਲੈਂਦੀਆਂ ਨੇ। ਦੋਸਤੋ, ਨਾਵਲ ਦੀ ਕਹਾਣੀ ਅਨੁਸਾਰ ਦਰਸ਼ਨ, ਧਰਮਾਂ, ਕਰਮਾਂ ਅਤੇ ਹਰਨਾਮ 4 ਭਰਾ ਨੇ, ਪਰ ਉਹਨਾਂ ਦੇ ਨਾਂ 'ਤੇ ਕੇਵਲ 2 ਏਕੜ ਜ਼ਮੀਨ ਹੀ ਬੋਲਦੀ ਹੈ। ਸਾਰੇ ਭਰਾਵਾਂ ਦੇ ਹਿੱਸੇ ਕੇਵਲ 1/2 ਕਿੱਲਾ ਜ਼ਮੀਨ ਆਉਣ ਕਾਰਨ 3 ਭਰਾ ਛੜਿਆਂ ਦੀ ਗਿਣਤੀ 'ਚ ਆ ਕੇ ਆਪਣੀ ਨਿਉਂ ਜੜ ਲੱਗਣ ਦੀ ਆਸ ਹੀ ਮੁਕਾ ਚੁੱਕੇ ਨੇ। ਛੋਟਾ ਭਰਾ ਦਰਸ਼ਨ ਵੀ ਭਾਵੇਂ 32 ਸਾਲ ਦਾ ਹੋ ਚੁੱਕਿਆ ਹੈ, ਪਰ 10 ਜਮਾਤਾਂ ਪਾਸ ਹੋਣ ਅਤੇ ਕੰਮਾਂ ਹੋਣ ਕਾਰਨ ਉਸ ਅੰਦਰ ਅਜੇ ਆਪਣਾ ਘਰ ਵਸਾਉਣ ਦੀ ਇੱਛਾ ਜਿਉਂਦੀ ਹੈ। ਉਸ ਦੀ ਮਾਂ ਸੰਤੀ ਵੀ ਹਰ ਮਿਲਣ ਗਿਰਨ ਵਾਲੇ ਕੋਲ ਉਸ ਨੂੰ ਸਾਹ ਕਰਾਉਣ ਦੀ ਮਿੰਨਤ ਤਰਲੇ ਕਰਕੇ ਇਸ ਇੱਛਾ ਨੂੰ ਜਿਉਂਦਾ ਰੱਖਣ 'ਚ ਅਹਿਮ ਭੂਮਿਕਾ ਨਿਭਾਉਂਦੀ ਹੈ। ਭੱਠੇ ਦੇ ਟਰੈਕਟਰ ਚਾਲਕ ਵਜੋਂ ਵੱਜਵੀਂ ਤਨਖਾਹ ਮਿਲਣ ਕਾਰਨ ਉਹਨਾਂ ਦੀ ਗੁਆਂਢਣ ਦੇਬੋ ਉਸ ਲਈ ਰਿਸ਼ਤਾ ਲੈ ਕੇ ਆਉਣ ਦਾ ਹੀਲਾ ਵਸੀਲਾ ਕਰਦੀ ਹੈ ਤਾਂ ਦਰਸ਼ਨ ਦੇ ਭਰਾ ਆਪਣੇ ਅੰਦਰਲੀ ਹੀਣ ਭਾਵਨਾ ਅਤੇ ਉਸ ਪ੍ਰਤੀ ਈਰਖਾ ਕਾਰਨ ਭਾਨੀ ਮਾਰ ਕੇ ਉਸ ਦੀ ਬੇੜੀ 'ਚ ਵੱਟੇ ਪਾ ਦਿੰਦੇ ਨੇ। ਦੋਸਤੋ, ਨਾਵਲ ਅਨੁਸਾਰ ਮਨੁੱਖ ਦੀ ਆਰਥਿਕ ਸਥਿਤੀ, ਉਸ ਦੀ ਸੋਚ, ਸੁਭਾਅ ਅਤੇ ਵਰਤੋਂ ਵਿਹਾਰ ਦੇ ਨਿਰਮਾਣ 'ਚ ਅਹਿਮ ਭੂਮਿਕਾ ਨਿਭਾਉਂਦੀ ਹੈ। ਦਰਸ਼ਨ ਦੇ ਭਰਾਵਾਂ ਦੀ ਉਸ ਨਾਲ ਕੋਈ ਨਿੱਜੀ ਕਿਸਮ ਦੀ ਦੁਸ਼ਮਣੀ ਨਹੀਂ ਹੈ, ਪਰ ਕਮਜ਼ੋਰ ਆਰਥਿਕਤਾ ਕਾਰਨ ਆਪਣੇ ਵਿਆਹ ਨਾ ਹੋਣ ਸਕਣ ਦੀ ਹੀਣ ਭਾਵਨਾ ਉਹਨਾਂ ਨੂੰ ਆਪਣੇ ਛੋਟੇ ਭਰਾ ਨਾਲ ਮਾੜਾ ਵਿਵਹਾਰ ਕਰਨ ਲਈ ਅਕਸਾਉਂਦੀ ਹੈ। ਆਪਣੇ ਭਰਾਵਾਂ ਤੋਂ ਤੰਗ ਆ ਕੇ ਦਰਸ਼ਨ
ਪੱਠਾ ਮਾਲਕ ਦੀ ਸਹਿਮਤੀ ਨਾਲ ਪੱਠੇ 'ਤੇ ਹੀ ਬਣੇ ਕਮਰੇ 'ਚ ਰਹਿਣ ਲੱਗਦਾ ਹੈ ਤਾਂ ਉਸ ਅੰਦਰਲੀ ਇਹ ਇੱਛਾ ਉਸ ਦੀ ਯਤਨਸ਼ੀਲਤਾ 'ਚ ਬਦਲਣ ਲੱਗਦੀ ਹੈ ਕਿ ਉਹ ਕਿਸੇ ਵੀ ਕੀਮਤ 'ਤੇ ਆਪਣਾ ਘਰ ਪਰਿਵਾਰ ਵਸਾ ਕੇ ਆਪਣੇ ਖਾਨਦਾਨ ਦੀ ਨਿਉਂ ਜੜ ਲਾ ਸਕੇ। ਇੱਥੇ ਲੇਖਕਾ ਮਨੁੱਖੀ ਜੀਵਨ ਨੂੰ ਅੱਗੇ ਲੈ ਕੇ ਜਾਣ ਵਾਲੀ ਇਸ ਸਮਾਜਿਕ ਧਾਰਨਾ ਨੂੰ ਉਚੇਚੇ ਤੌਰ 'ਤੇ ਉਭਾਰਦੀ ਹੈ ਕਿ ਜਾਤ ਪਾਤ, ਧਰਮ, ਭਾਸ਼ਾ ਅਤੇ ਖੇਤਰ ਦੇ ਨਾਂ 'ਤੇ ਪਾਈਆਂ ਵੰਡੀਆਂ ਦਾ ਖਾਤਮਾ ਕੀਤੇ ਬਿਨਾਂ ਇਹ ਸਮੱਸਿਆ ਖਤਮ ਨਹੀਂ ਹੋ ਸਕਦੀ। ਜਦੋਂ ਦਰਸ਼ਨ ਅਤੇ ਉਸ ਦੀ ਮਾਂ ਆਪਣੇ ਜਾਤੀ ਅਹਿਮ ਨੂੰ ਤਿਆਗ ਕੇ ਕਿਸੇ ਵੀ ਧਰਮ, ਭਾਸ਼ਾ ਜਾਂ ਖੇਤਰ ਦੀ ਔਰਤ ਨੂੰ ਇਸ ਘਰ 'ਚ ਵਸਾਉਣ ਲਈ ਮਾਨਸਿਕ ਤੌਰ 'ਤੇ ਤਿਆਰ ਹੋ ਜਾਂਦੇ ਨੇ ਤਾਂ ਉਸ ਦਾ ਘਰ ਵਸਣ ਦੀਆਂ ਸੰਭਾਵਨਾਵਾਂ 'ਚ ਵੀ ਹੋਰ ਵਾਧਾ ਹੋ ਜਾਂਦਾ ਹੈ। ਦਰਸ਼ਨ ਦੇ ਇਹਨਾਂ ਯਤਨਾਂ ਦੀ ਰੋਸ਼ਨੀ ਵਿੱਚ ਹੀ ਰਾਜਸਥਾਨ ਤੋਂ ਭੱਠੇ 'ਤੇ ਮਜ਼ਦੂਰੀ ਕਰਨ ਆਈ ਨੀਲਮ ਅਤੇ ਉਸ ਦੀ ਪ੍ਰੇਮ ਕਹਾਣੀ ਅੱਗੇ ਤੁਰਦੀ ਹੈ। ਨਾਵਲ ਦੀ ਕਹਾਣੀ ਅਨੁਸਾਰ ਨੀਲਮ ਦਾ ਨਸ਼ੇੜੀ ਅਤੇ ਨਖੱਟੂ ਪਤੀ ਉਸ ਨੂੰ ਮਾਰਦਾ ਕੁੱਟਦਾ ਵੀ ਹੈ ਅਤੇ ਆਪ ਕੰਮ ਕਰਨ ਦੀ ਬਜਾਏ ਉਹਦੀ ਹੀ ਕਮਾਈ 'ਤੇ ਨਿਰਭਰ ਹੈ। ਇਹਨਾਂ ਸਥਿਤੀਆਂ 'ਚ ਪਹਿਲਾਂ ਦਰਸ਼ਨ ਅਤੇ ਨੀਲਮ ਦੀ ਆਪਸੀ ਸਾਂਝ ਮਾਨਵੀ ਹਮਦਰਦੀ 'ਤੇ ਆਧਾਰਿਤ ਰਹਿੰਦੀ ਹੈ ਅਤੇ ਫਿਰ ਦੋਹਾਂ ਦੀਆਂ ਮਾਨਸਿਕ ਅਤੇ ਸਰੀਰਕ ਲੋੜਾਂ ਉਹਨਾਂ ਨੂੰ ਬਿਸਤਰ ਦੀ ਸਾਂਝ ਤੱਕ ਲੈ ਜਾਂਦੀਆਂ ਨੇ। ਨੀਲਮ ਦੇ ਪੇਟ 'ਚ ਦਰਸ਼ਨ ਦਾ ਬੱਚਾ ਆ ਜਾਂਦਾ ਹੈ ਤਾਂ ਇਹ ਗੱਲ ਨਿਸ਼ਚਿਤ ਜਾਪਣ ਲੱਗ ਪੈਂਦੀ ਹੈ ਕਿ ਨੀਲਮ ਆਪਣੇ ਨਸ਼ੇੜੀ ਪਤੀ ਨਾਲੋਂ ਤੋੜ ਵਿਛੋੜਾ ਕਰਕੇ ਦਰਸ਼ਨ ਦੇ ਘਰ ਹੀ ਵਸੇਗੀ। ਇੱਥੇ ਲੇਖਕਾ ਸਮਾਜਿਕ ਵਿਵਸਥਾ ਅਤੇ ਇਸ ਦੀਆਂ ਕਦਰਾਂ ਕੀਮਤਾਂ ਨੂੰ ਸਿੱਧਾ ਵਿਗਾੜਨ ਦੀ ਬਜਾਏ ਵਿਚਕਾਰਲਾ ਰਾਹ ਤਲਾਸ਼ ਕਰਦਿਆਂ ਅਜਿਹੀਆਂ ਸਥਿਤੀਆਂ ਦੀ ਸਿਰਜਣਾ ਕਰਦੀ ਹੈ ਕਿ ਸਮਾਜ ਆਪ ਉਹਨਾਂ ਦੇ ਸੰਬੰਧਾਂ ਨੂੰ ਸਮਾਜਿਕ ਸਵੀਕ੍ਰਿਤੀ ਦੇਣ ਲਈ ਤਿਆਰ ਹੋ ਜਾਵੇ। ਨੀਲਮ ਦੇ ਪਤੀ ਕਰਮਵੀਰ ਦੀ ਵੱਧ ਰਹੀ ਬਿਮਾਰੀ ਅਤੇ ਨਸ਼ਿਆਂ ਦੀ ਆਦਤ ਕਾਰਨ ਉਸ ਦੀ ਮੌਤ ਦੇ ਆਸਾਰ ਪੈਦਾ ਹੋਣ ਲੱਗਦੇ ਨੇ ਤਾਂ ਭੱਠਾ ਮਾਲਕ ਲਾਲਾ ਹੰਸਰਾਜ ਅਤੇ ਮੁਨਸ਼ੀ ਚੰਦਰਭਾਨ ਦੇ ਮਨ 'ਚ ਇਹ ਡਰ ਬੈਠ ਜਾਂਦਾ ਹੈ ਕਿ ਉਸ ਦੀ ਭੱਠੇ 'ਤੇ ਮੌਤ ਹੋ ਜਾਣ 'ਤੇ ਉਹ ਖੁਦ ਕਿਸੇ ਕਾਨੂੰਨੀ ਸੰਕਟ 'ਚ ਫਸ ਸਕਦੇ ਨੇ। ਸੋ ਇਸ ਤਰ੍ਹਾਂ ਅਜਿਹੀਆਂ ਬਹੁਤ ਸਾਰੀਆਂ ਸਥਿਤੀਆਂ ਮਿਲ ਕੇ ਦਰਸ਼ਨ ਅਤੇ ਨੀਲਮ ਦੇ ਪਿਆਰ ਸੰਬੰਧਾਂ ਨੂੰ ਪ੍ਰਵਾਨ ਚੜ੍ਹਾਉਣ 'ਚ ਵਿਸ਼ੇਸ਼ ਤੌਰ 'ਤੇ ਸਹਾਈ ਬਣਦੀਆਂ ਨੇ। ਜਦੋਂ ਭੱਠਾ ਮਾਲਕ ਅਤੇ ਮੁਨਸ਼ੀ ਇੱਕ ਸਕੀਮ ਬਣਾ ਕੇ ਕਰਮਵੀਰ ਨੂੰ ਉਹਦੇ ਸਾਥੀਆਂ ਨਾਲ ਰਾਜਸਥਾਨ ਭੇਜਦੇ ਨੇ ਕਿ ਉਹ ਆਪਣੇ ਚਾਚਾ ਚਾਚੀ ਤੋਂ ਆਪਣੇ ਘਰ ਜੋਗੀ ਥਾਂ ਲੈ ਕੇ ਆਪਣਾ ਸਥਾਈ ਟਿਕਾਣਾ ਉੱਥੇ ਹੀ ਬਣਾ ਲਵੇ ਤਾਂ ਇਸ ਦੇ ਨਾਲ ਪਾਠਕਾਂ ਦੇ ਮਨ 'ਚ ਵੀ ਇੱਕ ਨਵੀਂ ਸੋਚ ਪੈਦਾ ਹੋਣ ਲੱਗਦੀ ਹੈ ਕਿ ਉਹ ਜਿਉਂਦਾ ਵਾਪਸ ਭੱਠੇ 'ਤੇ ਨਾ ਪਰਤੇ ਅਤੇ ਦੋ ਲੋੜਵੰਦ ਪ੍ਰੇਮੀ ਸਮਾਜਿਕ ਤੌਰ 'ਤੇ ਇੱਕਮਿੱਕ ਹੋ ਸਕਣ। ਇੱਕ ਪਾਸੇ ਨੀਲਮ ਦਰਸ਼ਨ ਦੀ ਮਾਂ ਦੀ ਦੇਖ ਰੇਖ ਹੇਠ ਬੱਚੇ ਨੂੰ ਜਨਮ ਦਿੰਦੀ ਹੈ ਅਤੇ ਦੂਸਰੇ ਪਾਸੇ ਕਰਮਵੀਰ ਦੀ ਮੌਤ ਦੀ ਖਬਰ ਆ ਜਾਂਦੀ ਹੈ। ਇਸ ਤਰ੍ਹਾਂ ਦਰਸ਼ਨ ਅਤੇ ਉਸ ਦੀ ਮਾਂ ਦੇ ਨਾਲ ਹੀ ਨਾਵਲ ਦੇ ਪਾਠਕ ਵੀ ਉਹਨਾਂ ਦੇ ਘਰ ਦੇ ਬਾਹਰ ਅੱਗੇ ਨਿੰਬ ਜੀ ਵੇਖ ਕੇ ਰਾਹਤ ਭਰਿਆ ਸਾਹ ਲੈਂਦੇ ਨੇ। ਨਾਵਲ ਦੀ ਕਹਾਣੀ 'ਚ ਥੋੜ੍ਹਾ ਜਿਹਾ ਝੋਲ ਇਹ ਹੈ ਕਿ ਪਾਠਕ ਨਾਵਲ ਦੀ ਸਮਾਪਤੀ ਤੋਂ ਪਹਿਲਾਂ ਹੀ ਕਰਮਵੀਰ ਦੀ ਮੌਤ ਦੀ ਖਬਰ ਨੂੰ ਉਡੀਕਣ
लग पैंदे ने। दोस्तों कुल मिला के ये नावल अपनी ये विचारधारक स्थापना कायम करने च सफल रहा है कि विचारधारक नेड़ता ते मनुखतावादी सोच जाति पाति व्यवस्था नूं कमजोर करने च सफल हुंदी जा रही है ते आउण वाले समय च इस सफलता दा घेरा होर भी वध सकदा है। नावल विचला कहानी रस इस दी पढ़न योग्यता नूं वधाउण वाला है। घट जमीन दी मालकी वाली निमन किसानी दीआं जीवन मुश्किलां दा वृतांत इस जमात नाल पाठकां दी हमदर्दी जोड़न च विशेष तौर ते सहाई बनदा है। दोस्तों 104 पन्नियां ते आधारित 250 रुपए मुल दी इस पुस्तक नूं उड़ान पब्लीकेशनज मानसा ने छापिया। मैं इस पुस्तक का हार्दिक स्वागत करता।